ਮੋਗਾ ਦੇ ਪਿੰਡ ਬੋਟਰ ਦੇ ਵਿੱਚ ਇੱਕ ਘਰ ਦੇ ਵਿੱਚ ਘਰੇਲੂ ਸਿਲੰਡਰ ਫਟ ਜਾਣ ਦੇ ਕਾਰਨ ਇੱਕ ਧਮਾਕਾ ਹੋਇਆ ਹੈ, ਜਿਸ ਦੇ ਕਾਰਨ ਘਰ ਦੇ ਵਿੱਚ ਭਿਆਨਕ ਅੱਗ ਲੱਗ ਗਈ ਤੇ ਘਰ ਦਾ ਬਹੁਤ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ ਤੇ ਧਮਾਕਾ ਇੰਨਾ ਜ਼ਬਰਦਸਤ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਘਰ ਦੀ ਛੱਤ ਤੱਕ ਫਟ ਗਈ। ਲੇਕਿਨ ਗਨੀਮਤ ਇਹ ਰਹੀ ਹੈ ਕਿ ਉਸ ਮੌਕੇ ਘਰ ਦਾ ਕੋਈ ਵੀ ਪਰਿਵਾਰਕ ਮੈਂਬਰ ਸਿਲੰਡਰ ਦੇ ਕੋਲ ਮੌਜੂਦ ਨਹੀਂ ਸੀ ਤੇ ਆਸ ਪਾਸ ਦੇ ਪਏ ਸਮਾਨ ਦਾ ਕਾਫ਼ੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਤੇ ਇਸ ਮੌਕੇ ਪਿੰਡ ਵਾਸੀਆਂ ਨੇ ਇਸ ਪਰਿਵਾਰ ਦੀ ਮਦਦ ਕਰਨ ਦੇ ਲਈ ਵੀ ਲੋਕਾਂ ਨੂੰ ਅਪੀਲ ਕੀਤੀ ਹੈ। ਸਿਲੰਡਰ ਤੋਂ ਅੱਗ ਲੱਗ ਗਈ ਆ ਅਤੇ ਆਪਣੀ ਸਾਰੇ ਭੈਣ ਭਰਾਵਾਂ ਮੂਹਰੇ ਬੇਨਤੀ ਆ, ਪ੍ਰਦਰਸ਼ਨ ਮੂਹਰੇ ਵੀ, ਕਿ ਆਪਾਂ ਇਹਨਾਂ ਦੀ ਮਦਦ ਕਰਨੀ ਆ। ਜੋ ਪੇਟੀਆਂ, ਅਲਵਾਰੀਆਂ, ਫਰਿੱਜ ਸੀ ਵਿਚਾਰੇ ਗਰੀਬਾਂ ਦਾ, ਸਾਰਾ ਕੁਛ ਹੀ ਮੱਚ ਗਿਆ, ਲਾ ਛੱਤ ਤੋਂ ਲਾ ਕੇ ਅਤੇ ਬਾਹਰ ਚਗਾਠਾ ਜਗੂਠਾ ਜੀ। ਬਸ ਇੰਨੀ ਕੁ ਹੱਥ ਜੋੜ ਕੇ ਬੇਨਤੀ ਆ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਦੀ ਮਦਦ ਕਰਨੀ। ਜਗਬਾਣੀ ਟੀਵੀ ਲਈ ਓਕਾੜਾ ਦੀ ਰਿਪੋਰਟ।